विक्रमजीत नूर दी कहानी बेल्ट ਘਰ ਦੀ ਘੰਟੀ ਖੜਕਣ ਦੇ ਜਦ ਮੈਂ 게ਟ ਖੋਲਿਆ ਤਾਂ ਮੈਂ ਦੇਖਿਆ ਬਾਹਰ ਪੁਲਿਸ ਵਰਦੀ ਚ ਸਜੀ ਸਮਰੀ ਉੱਚੀ ਲੰਮੀ ਪਤਲੀ ਤਿੱਖੇ ਨੈਣ ਨਕਸ਼ਾਂ ਵਾਲੀ ਇੱਕ ਮੁਟਿਆਰ ਖੜੀ ਸੀ ਮੇਰੇ ਚਿਹਰੇ ਰੂਪੀ ਪ੍ਰਸ਼ਨ ਚਿੰਨ ਨੂੰ ਪਾਪਦਿਆਂ ਅੰਦਰ ਵੱਲ ਨੂੰ ਆਉਂਦੀ ਹੋਈ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਬੋਲ ਪਈ ਸੀ ਸਰ ਤੁਸੀਂ ਮੈਨੂੰ ਪਛਾਣਿਆ ਨਹੀਂ ਸ਼ਾਇਦ ਮੈਂ ਕੋਈ ਜਵਾਬ ਨਹੀਂ ਸੀ ਦਿੱਤਾ ਉਹਨੂੰ ਪੈਰਾਂ ਤੋਂ ਸਿਰ ਵੱਲ ਵੇਖਦਾ ਹੀ ਰਿਹਾ ਸਾਂ ਕੁੜੀ ਨੇ ਮੁਸਕਰਾ ਕੇ ਕਿਹਾ ਸੀ ਮੈਂ ਤੁਹਾਡੀ ਵਿਦਿਆਰਥਣ ਜਿਹਨੂੰ ਤੁਸੀਂ ਖਿਡਾਰਨ ਕੁੜੀ ਦੇ ਨਾਮ ਨਾਲ ਸਾਰੇ ਸਕੂਲ ਚ ਮਸ਼ਹੂਰ ਕਰ ਰੱਖਿਆ ਸੀ ਮਰ ਜਾਣੀਏ ਤੂੰ ਰਾਜਵੀਰ ਹੈ ਆ ਕੀ ਸ਼ਕਲ ਬਣਾ ਰੱਖੀ ਹੈ ਮੈਂ ਇੱਕਦਮ ਬੋਲਿਆ ਸੀ ਮੈਂ ਤਾਂ ਤੇਰੀ ਵਰਦੀ ਤੇ ਖਾਸ ਕਰ ਆ ਬੈਲਟ ਲੱਗੀ ਦੇਖ ਕੇ ਘਬਰਾ ਹੀ ਗਿਆ ਸੀ ਮੈਂ ਹੱਸ ਪਿਆ ਸਾਂ ਇਹ ਬੈਲਟ ਲਗਵਾਉਣ ਵਾਲੇ ਵੀ ਤੁਸੀਂ ਹੋ ਸਰ ਨਾਲ ਲਿਆਂਦਾ ਮਠਿਆਈ ਦਾ ਡੱਬਾ ਖੋਲ ਕੇ ਮੇਰਾ ਤੇ ਮੇਰੀ ਪਤਨੀ ਦਾ ਮੂੰਹ ਮਿੱਠਾ ਕਰਵਾਉਂਦੇ ਆ ਰਾਜਵੀਰ ਨੇ ਕਿਹਾ ਸੀ ਤੁਸੀਂ ਮੇਰੇ ਅੰਦਰ ਖੇਡਾਂ ਦਾ ਸ਼ੌਕ ਪੈਦਾ ਕੀਤਾ ਸੀ ਜਿਲਾ ਤੇ ਰਾਜ ਤਾਂ ਪਿੱਛੇ ਰਿਹਾ ਤੁਸੀਂ ਨੈਸ਼ਨਲ ਪੱਧਰ ਦੇ ਸਰਟੀਫਿਕੇਟ ਦੀ ਵੌਂਸ ਕੋਈ ਕਮੀ ਨਹੀਂ ਸੀ ਰਹਿਣ ਦਿੱਤੀ ਇਹ ਤਾਂ ਤੇਰੀ ਮਿਹਨਤ ਸੀ ਹਿੰਮਤ ਸੀ ਮੈਂ ਕਿਆ ਸੀ ਮੈਨੂੰ ਸਭ ਕੁਝ ਯਾਦ ਸੀ ਖੇਡਾਂ 'ਚ ਮੇਰੀ ਖੁਦ ਦੀ ਦਿਲਚਸਪੀ ਹੋਣ ਕਾਰਨ ਮੈਂ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਾ ਹੀ ਰਹਿੰਦਾ ਸੀ ਜਿਹਦਾ ਪਰਤੱਖ ਪਰਮਾਨ ਅੱਜ ਮੇਰੇ ਸਾਹਮਣੇ ਸੀ ਬੇਸ਼ੱਕ 4 ਕੁ ਸਾਲ ਪਹਿਲਾਂ ਮੇਰੀ ਉਸ ਸਕੂਲ ਤੋਂ ਬਦਲੀ ਹੋ ਚੁੱਕੀ ਸੀ ਗੱਲਾਂបਾਤਾਂ ਦਾ سلسلہ ਚੱਲਦਾ ਰਿਹਾ ਸਕੂਲ ਦੀ ਜ਼ਿੰਦਗੀ ਤੇ ਉਸ ਤੋਂ ਬਾਅਦ ਦੇ ਹਾਲਾਤ ਤੇ ਚਰਚਾ ਹੁੰਦੀ ਰਹੀ ਖੁਸ਼ਮિજાਜ਼ ਰਾਜਵੀਰ ਆਪਣੇ ਸਕੂਲ ਤੇ ਸਹਿ ਪਾਠੀਆਂ ਦੀਆਂ ਗੱਲਾਂ ਦੱਸਦੀ ਰਹੀ ਕੁਛ ਮੈਂ ਪੁੱਛਦਾ ਵੀ ਰਿਹਾ ਗੱਲ ਜਦ ਪੁਲਿਸ ਵਿਭਾਗ ਤੇ ਆਣ ਪਹੁੰਚੀ ਤਾਂ ਰਾਜਵੀਰ ਕੁਝ ਗੰਭੀਰ ਹੋ ਗਈ ਸੀ ਥੋੜੇ ਜੇ ਅਰਸੇ ਦੇ ਢੇਰ ਸਾਰੇ ਕੋੜੇ ਮਿੱਠੇ ਅਨੁਭਵਾਂ ਦੀ ਪਟਾਰੀ ਖੋਲ ਕੇ ਉਹਨੇ ਇਹ ਸਿੱਟਾ ਕੱਢਿਆ ਸੀ ਸਰ ਜੀ ਸਾਰੇ ਮਾੜੇ ਨਹੀਂ ਹੁੰਦੇ ਪਰ ਸਾਰੇ ਚੰਗੇ ਵੀ ਨਹੀਂ ਮੈਂ ਕਮਾਇਨਾ ਮਾੜਾ ਨਹੀਂ ਜਿੰਨਾ ਬਦਨਾਮ ਹੈ ਸਾਨੂੰ ਫੂਕ ਫੂਕ ਕੇ ਕਦਮ ਰੱਖਣਾ ਪੈਂਦਾ ਹੈ ਕਿ ਸਾਡੀ ਸ਼ਰਾਫਤ ਦਾ ਕੋਈ ਨਜਾਇਜ਼ ਫਾਇਦਾ ਨਾ ਉਠਾਲ ਲਵੇ ਮੈਂ ਸ਼ਾਬਾਸ਼ ਕਹਿ ਕੇ ਰਾਜਵੀਰ ਦਾ ਮੋਢਾ ਥਪ-ਥਪਾਇਆ ਸਰ ਸਾਨੂੰ ਸਰਕਾਰ ਨੇ ਅਧਿਕਾਰ ਹੀ ਇੰਨੇ ਦੇ ਰੱਖੇ ਹੈ ਚਾਹ ਦੀ ਪਿਆਲੀ ਚੁੱਕਦਿਆਂ ਰਾਜਵੀਰ ਨੇ ਪੂਰੇ ਸਵੈ ਭਰੋਸੇ ਨਾਲ ਕਿਹਾ ਸੀ ਸਾਡੇ ਪ੍ਰਤੀ ਮਾੜੀ ਸੋਚ ਰੱਖਣ ਵਾਲੇ ਕਿਸੇ ਦੀ ਵੀ ਅਸੀਂ 벨ਟ ਲਵਾ ਸਕਦੀਆਂ ਕੁਝ ਪਲ ਰੁੱਕ ਕੇ ਉਸ ਮੁਲਾਜ਼ਮ ਕੁੜੀ ਨੇ ਕਿਹਾ